ਮੁਹਾਜਲ ਵਿੱਚ ਪੈਣ ਵਾਲੇ ਪਿੰਡ ਮਿਰਜ਼ਾਪੁਰ ਦੇ ਜੰਗਲ ਨੂੰ ਭਿਆਨਕ ਅੱਗ ਲੱਗੀ ਹੈ। ਦੱਸਿਆ ਜਾ ਰਿਹਾ ਕਿ ਅੱਗ ਦੇ ਨਾਲ ਜਿੱਥੇ ਲੱਕੜ ਸੜੀ ਹੈ, ਦੂਜੇ ਪਾਸੇ ਬੇਜਵਾਨ ਜਾਨਵਰ ਵੀ ਇਸ ਅੱਗ ਦੇ ਵਿੱਚ ਝੁਲਸ ਗਏ ਨੇ ਅਤੇ ਬੇਜਵਾਨ ਜਾਨਵਰ ਦੇ ਝੁਲਸਦੇ ਹੋਈਆਂ ਦੀਆਂ ਆਵਾਜ਼ਾਂ ਪਿੰਡ ਵਾਸੀਆਂ ਤੱਕ ਪਹੁੰਚ ਰਹੀਆਂ ਨੇ। ਦੱਸਿਆ ਜਾ ਰਿਹਾ ਕਿ ਅੱਗ ਲਗਾਤਾਰ ਬੇਕਾਬੂ ਹੁੰਦੀ ਜਾ ਰਹੀ ਹੈ। ਇਸੇ ਜੰਗਲ ਦੇ ਵਿੱਚ ਇੱਕ ਹਫ਼ਤਾ ਪਹਿਲਾਂ ਅੱਗ ਲੱਗੀ ਸੀ, ਜਿਹਦੇ ਵਿੱਚ ਕਾਫ਼ੀ ਵੱਡਾ ਨੁਕਸਾਨ ਹੋਇਆ ਅਤੇ ਅੱਜ ਫਿਰ ਅੱਗ ਦੇ ਭਾਂਬੜ ਮਚ ਰਹੇ ਨੇ, ਜਿਸ ਨੂੰ ਲੈ ਕੇ ਭਾਵੇਂ ਪਿੰਡ ਵਾਸੀ ਕਹਿ ਰਹੇ ਨੇ ਕਿ ਜੰਗਲਾਤ ਵਿਭਾਗ ਦੇ ਅਧਿਕਾਰੀ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਜੰਗਲ ਦੇ ਵਿੱਚ ਰਾਸਤਾ ਨਾ ਹੋਣ ਕਾਰਨ ਇਸ ਜਗ੍ਹਾ ਦੇ ਉੱਤੇ 5 ਗੇਟ ਦੀ ਗੱਡੀ ਵੀ ਨਹੀਂ ਪਹੁੰਚ ਸਕਦੀ, ਜਿਸ ਤੋਂ ਬਾਅਦ ਆਪ ਮੁਹਾਰੇ ਜਿਹੜੇ ਜੰਗਲਾਤ ਵਿਭਾਗ ਦੇ ਅਧਿਕਾਰੀ ਜਾਂ ਫਿਰ ਪਿੰਡ ਵਾਸੀ ਇਸ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਸਾਡੇ ਨਾਲ ਮਿਰਜ਼ਾਪੁਰ ਤੋਂ ਤੁਹਾਡੀ ਜੁੜਨਗੇ, ਤਾਂ ਤੁਹਾਡੀ ਜੀ ਆਵਾਜ਼ ਆ ਰਹੀ ਤੁਹਾਡੇ ਕੋਲ? ਹੈਲੋ, ਹਾਂਜੀ ਹਾਂਜੀ ਸਰ, ਆਵਾਜ਼ ਆ ਰਹੀ ਹੈ ਜੀ। ਅੱਛਾ, ਜਿਹੜਾ ਇਹ ਅੱਗ ਲੱਗੀ ਹੈ ਤੁਹਾਡੇ ਜੰਗਲਾਂ ਦੇ ਵਿੱਚ ਮਿਰਜ਼ਾਪੁਰ ਦੇ ਵਿੱਚ, ਕੀ ਕਾਰਨ ਨੇ ਅਤੇ ਕਿੰਨਾ ਕੁ ਵੱਡਾ ਨੁਕਸਾਨ ਹੋਇਆ ਜੀ? ਸਰ, ਕਾਰਨ ਤਾਂ ਨਹੀਂ ਪਤਾ ਚੱਲ ਪਾਇਆ ਜੀ, ਬਟ ਪਿਛਲੇ ਹਫ਼ਤੇ ਵੀ ਅੱਗ ਲੱਗੀ ਸੀ, ਉਸ ਟਾਈਮ ਵੀ ਲਗਭਗ ਸੈਂਕੜਾ ਏਕੜ ਦਾ ਏਰੀਆ ਜਲਿਆ ਜੀ। ਅੱਛਾ ਜੀ, ਅਤੇ ਇਹ ਅੱਗ ਅੱਜ ਫਿਰ ਲਗਭਗ 11 ਵਜੇ ਲੱਗੀ ਸਵੇਰੇ ਜੀ। ਹਾਂਜੀ, ਅਤੇ ਇਸ ਟਾਈਮ ਵੀ ਸੈਂਕੜਾ ਏਰੀਆ ਦੁਬਾਰਾ ਜਲ ਰਿਹਾ ਹੈ ਅਤੇ ਅੱਗ ਰੁਟੀਨ ਦੇ ਵਿੱਚ ਲੱਗੀ ਹੋਈ ਹੈ। ਹਾਂਜੀ, ਪਹਿਲਾਂ ਵੀ ਲੱਗੀ ਸੀ ਅੱਗ? ਕਿੰਨੇ ਦਿਨ ਪਹਿਲਾਂ ਲੱਗੀ ਸੀ? ਕਿੱਥੇ? ਇਹ ਹਫ਼ਤਾ 10 ਦਿਨ ਪਹਿਲਾਂ ਵੀ ਲੱਗੀ ਸੀ ਜੀ, ਉਸ ਟਾਈਮ ਜੀ ਬੂਟਾ ਵਾਲੇ ਜੰਗਲ ਜਲਿਆ, ਦੁੱਲੂਆਂ ਦਾ, ਮਿਰਜ਼ਾਪੁਰ ਦਾ ਜੀ। ਇਹਦੇ ਵੀ ਤਾਂ ਕਾਫੀ ਜਾਨਵਰ ਵੀ ਜਿਹੜੇ ਸੜਕੇ ਸਵਾਹ ਹੋ ਗਏ ਹੋਣੇ? ਜਾਨਵਰ ਭਾਜੀ ਦੇਖੇ ਨਹੀਂ ਜਾਂਦੇ ਕੋਲ ਖੜ ਕੇ, ਮੈਂ ਇਸ ਟਾਈਮ ਉੱਥੇ ਕੁਦਰਤੀ ਉਹ ਗੁਜ਼ਰ ਰਿਹਾ ਸੀ। ਹਾਂਜੀ, ਪੰਛੀ ਸਾਰੇ ਵਿਚਾਰੇ ਚੀਕਾਂ ਮਾਰ ਰਹੇ ਨੇ, ਹਿਰਨ, ਬਾਰੇ ਸਿੰਘ, ਜਿੰਨੇ ਵੀ ਜਾਨਵਰ ਨੇ ਜੰਗਲ ਦੇ ਵਿੱਚ ਸਾਰੇ ਜਲ ਰਹੇ ਨੇ ਵਿੱਚ ਜੀ। ਪਿੰਡ ਵਾਸੀਆਂ ਦੇ ਪੁੱਛਣ ਤੋਂ ਬਾਅਦ ਜਦੋਂ ਅਸੀਂ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਸਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਅੱਗ ਤੇ ਕਾਬੂ ਪਾਉਣ ਦੀ ਲਗਾਤਾਰ ਜੰਗਲਾਤ ਵਿਭਾਗ ਕੋਸ਼ਿਸ਼ ਕਰ ਰਿਹਾ, ਕਿਉਂਕਿ 30 ਤੋਂ ਲੈ ਕੇ 40 ਜਿਹੜੇ ਮੁਲਾਜ਼ਮ ਇਸ ਜੰਗਲ ਦੇ ਵਿੱਚ ਅੱਗ ਬੁਝਾਉਣ ਦੇ ਵਿੱਚ ਲੱਗੇ ਹੋਏ ਨੇ, ਤਾਂ ਇਸ ਨੂੰ ਲੈ ਕੇ ਜੰਗਲਾਤ ਵਿਭਾਗ ਦੇ ਜਿਹੜੇ ਪਾਣੀ ਵਾਲੇ ਟੈਂਕਰ ਨੇ ਉਹ ਵੀ ਨਜ਼ਦੀਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਭਾਵੇਂ ਕਿ ਰਾਸਤਾ ਜੰਗਲ ਵਿੱਚ ਨਾ ਹੋਣ ਕਾਰਨ 5 ਗੇਟ ਦੀ ਗੱਡੀ ਨਹੀਂ ਪਹੁੰਚ ਸਕਦੀ, ਪਰ ਆਪਣੇ ਤੌਰ 'ਤੇ ਜੰਗਲਾਤ ਵਿਭਾਗ ਲਗਾਤਾਰ ਇਸ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ। ਪਰ ਉਹਨਾਂ ਵੱਲੋਂ ਵੀ ਦੱਸਿਆ ਗਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਨਹੀਂ ਪਤਾ ਲੱਗਿਆ, ਪਰ ਜਲਦੀ ਹੀ ਅਗਰ ਅੱਗ ਲੱਗਣ ਦਾ ਕਾਰਨ ਦਾ ਪਤਾ ਲੱਗਦਾ ਹੈ ਤਾਂ ਜਿਸ ਬੰਦੇ ਨੇ ਵੀ ਅੱਗ ਲਗਾਈ ਹੈ ਤਾਂ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।